ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ 'ਤੇ ਉਡਾਨ ਭਰਨ ਦੀ ਯੋਜਨਾ ਵਾਲੇ ਯਾਤਰੀ ਰਾਹਤ ਦੀ ਸਾਹ ਲੈ ਸਕਦੇ ਨੇ, ਕਿਉਂਕਿ ਏਅਰ ਕੈਨੇਡਾ ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੇ 5,200 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਨਾਲ ਇੱਕ ਅਸਥਾਈ ਸਮਝੌਤੇ 'ਤੇ ਪਹੁੰਚ ਚੁੱਕੇ ਨੇ। ਏਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਸ਼ੁਰੂਆਤੀ ਸਮਝੌਤੇ ਦੀ ਜਿੱਥੇ ਖਬਰ ਐਤਵਾਰ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਆਈ, ਜਦੋਂ ਏਅਰਲਾਈਨ ਨੇ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਜ਼ ਲਈ ਸੰਭਾਵੀ ਕੰਮ 'ਤੇ ਰੋਕਣ ਦੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ। ਅਸਥਾਈ ਸੌਦੇ ਇੱਕ ਹੜਤਾਲ ਜਾਂ ਤਾਲਾਬੰਦੀ ਨੂੰ ਰੋਕਦਾ ਜੋ ਬੁੱਧਵਾਰ ਨੂੰ ਸ਼ੁਰੂ ਹੋ ਸਕਦਾ, ਉਸ ਤੋਂ ਪਹਿਲਾਂ ਫਲਾਈਟ ਰੱਦ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ। ਕੈਰੀਅਰ ਨੇ ਬਿਆਨ ਦੇ ਵਿੱਚ ਕਿਹਾ ਕਿ ਨਵਾਂ ਸਮਝੌਤਾ ਏਅਰ ਕੈਨੇਡਾ ਦੇ ਪਾਇਲਟ ਸਮੂਹ ਦੇ ਯੋਗਦਾਨ ਅਤੇ ਪੇਸ਼ੇਵਰਤਾ ਨੂੰ ਮਾਨਤਾ ਦਿੰਦਾ, ਜਦੋਂ ਕਿ ਏਅਰਲਾਈਨ ਦੇ ਭਵਿੱਖ ਦੇ ਵਿਕਾਸ ਲਈ ਇੱਕ ਢਾਂਚਾ ਪ੍ਰਦਾਨ ਕਰਦਾ। ਕੈਰੀਅਰ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ। ਇਸ ਵਿੱਚ ਕਿਹਾ ਗਿਆ ਕਿ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਜ਼ ਆਮ ਵਾਂਗ ਕੰਮ ਕਰਨਾ ਜਾਰੀ ਰੱਖਣਗੇ, ਜਦੋਂ ਕਿ ਯੂਨੀਅਨ ਦੇ ਮੈਂਬਰ ਆਰਜ਼ੀ 4 ਸਾਲਾਂ ਦੇ ਇਕਰਾਰਨਾਮੇ 'ਤੇ ਵੋਟ ਦਿੰਦੇ ਨੇ। ਇਸ ਵਿੱਚ ਕਿਹਾ ਗਿਆ ਕਿ ਇੱਕ ਨਵੇਂ ਸੌਦੇ ਦੀਆਂ ਸ਼ਰਤਾਂ ਮੈਂਬਰਸ਼ਿਪ ਦੁਆਰਾ ਪੁਸ਼ਟੀ ਕਰਨ ਵੋਟ ਤੋਂ ਬਾਅਦ ਗੁਪਤ ਰਹਿਣਗੀਆਂ, ਜਿਸ ਦੀ ਅਗਲੇ ਮਹੀਨੇ ਵਿੱਚ ਮੁਕੰਮਲ ਹੋਣ ਦੀ ਉਮੀਦ ਆ, ਅਤੇ ਏਅਰ ਕੈਨੇਡਾ ਦੇ ਬੋਰਡ ਆਫ ਡਾਇਰੈਕਟਰ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ। ALP ਨੇ ਐਤਵਾਰ ਅੱਧੀ ਰਾਤ ਤੋਂ ਬਾਅਦ ਇੱਕ ਬਿਆਨ ਜਾਰੀ ਕਰਦੇ ਹੋਏ ਗੱਲ ਆਖੀ ਹੈ, ਜੇਕਰ ਪ੍ਰਮਾਣਿਤ ਕੀਤਾ ਜਾਂਦਾ ਤਾਂ ਇਸ ਸਮਝੌਤੇ ਦੇ ਦੌਰਾਨ ਏਅਰ ਕੈਨੇਡਾ ਦੇ ਪਾਇਲਟਾਂ ਲਈ ਲਗਭਗ 1.9 ਬਿਲੀਅਨ ਦਾ ਵਾਧੂ ਮੁੱਲ ਪੈਦਾ ਹੋਵੇਗਾ। ਏਅਰ ਕੈਨੇਡਾ ALPA MEC ਦੀ ਚੇਅਰ ਫਸਟ ਆਫਿਸਰ ਚਾਰਲੀ ਹੁੱਡੀ ਨੇ ਐਤਵਾਰ ਨੂੰ ਬਿਆਨ ਵਿੱਚ ਕਿਹਾ ਕਿ ਸਾਡੇ ਪਾਇਲਟਾਂ ਦੀ ਨਿਰੰਤਰ ਸ਼ਮੂਲੀਅਤ ਅਤੇ ਏਕੀਕ੍ਰਿਤ ਦ੍ਰਿੜਤਾ ਇਸ ਸਮਝੌਤੇ ਨੂੰ ਪ੍ਰਾਪਤ ਕਰਨ ਲਈ ਉਤਪ੍ਰੇਰਿਤ ਰਹੀ ਹੈ। ਉਹਨੇ ਇਹ ਗੱਲ ਆਖੀ ਹੈ ਕਿ ਮੁਆਵਜ਼ੇ, ਮੁਕਤੀਆਂ ਅਤੇ ਕੰਮ ਦੇ ਨਿਯਮਾਂ ਸਮੇਤ ਕਈ ਮੁੱਖ ਮੁੱਦਿਆਂ 'ਤੇ ਤਰੱਕੀ ਕੀਤੀ ਗਈ ਹੈ। ਏਅਰਲਾਈਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਗਾਹਕਾਂ ਨੇ ਐਤਵਾਰ ਨੂੰ ਸਤੰਬਰ ਵਿੱਚ ਖਾਸ ਕਰਕੇ ਮੂਲ ਰੂਪ ਵਿੱਚ ਨਿਰਧਾਰਿਤ ਉਡਾਨਾਂ ਨੂੰ ਬਦਲਿਆ, 23 ਆਪਣੀਆਂ ਲੇਬਰ ਰੁਕਾਵਟਾਂ ਯੋਜਨਾ ਦੇ ਤਹਿਤ ਬਿਨਾਂ ਕਿਸੇ ਕੀਮਤ ਦੇ ਉਸੇ ਕੈਬਿਨ ਵਿੱਚ ਆਪਣੀ ਬੁਕਿੰਗ ਨੂੰ ਵਾਪਸੀ ਆਪਣੀ ਅਸਲ ਫਲਾਈਟ ਵਿੱਚ ਬਦਲ ਸਕਦੇ ਨੇ, ਬਸ਼ਰਤੇ ਉੱਥੇ ਜਗ੍ਹਾ ਉਪਲਬਧ ਹੋਵੇ। ਰੋਕਣ ਦਾ ਨੋਟਿਸ ਜਾਰੀ ਕਰਨ ਲਈ ਐਤਵਾਰ ਦੀ ਸਮਾਂ ਸੀਮਾ ਤੱਕ ਅਗਵਾਈ ਦੇ ਅੰਦਰ ਦੋਵੇਂ ਧਿਰਾਂ ਨੇ ਕਿਹਾ ਕਿ ਉਹ ਤਨਖਾਹ ਦੇ ਮੁੱਦੇ ਤੋਂ ਦੂਰ ਨੇ, ਜੋ ਕਿ 1 ਸਾਲ ਵਿੱਚ ਵੱਧ ਸਮੇਂ ਤੋਂ ਗੱਲਬਾਤ ਚੱਲਦੀ ਆ ਰਹੀ ਸੀ। ਪਾਇਲਟਾਂ ਦੀ ਯੂਨੀਅਨ ਨੇ ਦਲੀਲ ਦਿੱਤੀ ਕਿ ਏਅਰ ਕੈਨੇਡਾ ਰਿਕਾਰਡ ਮੁਨਾਫੇ ਨੂੰ ਜਾਰੀ ਰੱਖ ਰਿਹਾ, ਜਦੋਂ ਕਿ ਪਾਇਲਟਾਂ ਨੂੰ ਮਾਰਕੀਟ ਵਿੱਚ ਘੱਟ ਮੁਆਵਜ਼ੇ ਸਵੀਕਾਰ ਕਰਨ ਦੀ ਉਮੀਦ ਹੈ। ਇਹ ਵੀ ਕਿਹਾ ਗਿਆ ਕਿ ਪਾਇਲਟਾਂ ਦੀ 1/4 ਰਿਪੋਰਟ ਦੂਜੀ ਨੌਕਰੀਆਂ ਨੂੰ ਲੈ ਕੇ ਰਹੀ ਹੈ, ਲਗਭਗ 80% ਉਹ ਲੋੜ ਤੋਂ ਬਾਹਰ ਅਜਿਹਾ ਕਰਦੇ ਨੇ। ਏਅਰਲਾਈਨ ਨੇ ਕਿਹਾ ਕਿ ਉਸ ਨੇ 4 ਸਾਲਾਂ ਵਿੱਚ 30% ਤੋਂ ਵੱਧ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਹੈ, ਨਾਲ ਹੀ ਲਾਭਾਂ ਵਿੱਚ ਸੁਧਾਰ ਕੀਤੇ ਗਏ ਨੇ ਅਤੇ ਕਿਹਾ ਕਿ ਯੂਨੀਅਨ ਅਣਵਾਜਬ ਤਨਖਾਹਾਂ ਮੰਗਾਂ ਦੇ ਨਾਲ ਅਟਲ ਹੈ। ਏਅਰ ਕੈਨੇਡਾ ਅਤੇ ਕਈ ਵਪਾਰਕ ਸਮੂਹਾਂ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ, ਜਿਸ ਵਿੱਚ ਕੈਨੇਡੀਅਨ ਫੈਡਰੇਸ਼ਨ ਆਫ ਡਿਪਾਰਟਮੈਂਟ ਬਿਜ਼ਨਸ ਅਤੇ ਕੈਨੇਡੀਅਨ ਅਤੇ US ਚੈਂਬਰ ਆਫ ਕਮਰਸ ਸ਼ਾਮਲ ਨੇ। ਚੈਂਬਰ ਅਤੇ ਬਿਜ਼ਨਸ ਕੌਂਸਲ ਆਫ ਕੈਨੇਡਾ ਨੇ ਸ਼ੁੱਕਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਨੂੰ ਇੱਕ ਹੋਰ ਮਜ਼ਬੂਤ ਰੁਕਾਵਟ ਤੋਂ ਬਚਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਜੋ ਸਰਹੱਦ
ਵਪਾਰ ਯਾਤਰਾ ਅਤੇ ਵਪਾਰ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਜੋ ਲੋਕਾਂ ਅਤੇ ਕਾਰੋਬਾਰ ਦੋਵਾਂ ਲਈ ਨੁਕਸਾਨਦੇਹ ਨਤੀਜਾ ਹੈ। ਯੂਨੀਅਨ ਨੇ ਇਸ ਦੇ ਉਲਟ ਰੁੱਖ ਅਪਣਾਉਣ ਦਾ ਸੱਦਾ ਦਿੱਤਾ ਸੀ ਜਿਸ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਟਿਮ ਪੈਰੀ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਓਟਵਾ ਨੂੰ ਮਜ਼ਦੂਰਾਂ ਅਤੇ ਸਮੂਹਕ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਸੌਦੇਬਾਜ਼ੀ ਦੀ ਪ੍ਰਤੀਕਿਰਿਆ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਹਨੇ ਕਿਹਾ ਕਿ ਸਰਕਾਰੀ ਦਖਲ ਅੰਦਾਜ਼ੀ ਕੈਨੇਡੀਅਨਾਂ ਦੇ ਸੰਵਿਧਾਨਕ ਅਧਿਕਾਰਾਂ ਅਤੇ ਆਜ਼ਾਦੀ ਦੀ ਉਲੰਘਣਾ ਹੈ। ਆਪਣੇ ਹਿੱਸੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਦੋਵੇਂ ਤਰ੍ਹਾਂ 'ਤੇ ਨਿਰਭਰ ਕਰਦਾ ਕਿ ਉਹ ਕੋਈ ਸੌਦਾ ਤੈਅ ਕਰਨ। ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਸਿਰਫ ਇਸ ਮੁੱਦੇ ਨੂੰ ਹੱਲ ਕਰਨ ਅਤੇ ਇਸ ਨੂੰ ਹੱਲ ਕਰਨ ਲਈ ਨਹੀਂ ਜਾ ਰਹੀ। ਕੁਝ ਅਜਿਹਾ ਇਸ ਨੇ ਤੁਰੰਤ ਕੀਤਾ ਜਦੋਂ ਕੈਨੇਡਾ ਨੇ ਦੋਵੇਂ ਪ੍ਰਮੁੱਖ ਰੇਲਵੇਜ਼ ਦੇ ਅਗਸਤ ਵਿੱਚ ਤਾਲਾਬੰਦੀ ਦੇਖੀ ਅਤੇ ਕੈਨੇਡਾ ਡੇ ਲੰਬੇ ਵੀਕਐਂਡ 'ਤੇ ਵੈਸਟ ਜੈੱਟ ਮਕੈਨਿਕਸ ਦੁਆਰਾ ਹੜਤਾਲ ਦੌਰਾਨ ਚਲੇ ਗਏ ਸਨ। ਉਹਨਾਂ ਨੇ ਕਿਹਾ ਕਿ ਸਰਕਾਰ ਹੜਤਾਲ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ ਅਤੇ ਉਦੋਂ ਹੀ ਦਖਲ ਦੇਵੇਗੀ ਜੇਕਰ ਉਹ ਸਪਸ਼ਟ ਹੋ ਜਾਵੇ ਕਿ ਕੋਈ ਸਮਝੌਤਾ ਸੰਭਵ ਨਹੀਂ ਹੈ। ਏਅਰ ਕੈਨੇਡਾ ਨੇ ਪਹਿਲੀ ਹੀ ਸੰਭਾਵਿਤ ਬੰਦ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਇਹ ਕਹਿੰਦੇ ਹੋਏ ਕਿ ਉਸ ਦੀ ਕਾਰਗੋ ਸੇਵਾ ਨੇ ਨਾਸ਼ਵਾਨ ਵਸਤੂਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਅਤੇ ਸੰਕੇਤ ਦਿੱਤਾ ਕਿ ਜੇਕਰ ਹੜਤਾਲ ਜਾਂ ਤਾਲਾਬੰਦੀ ਦਾ ਨੋਟਿਸ ਜਾਰੀ ਕੀਤਾ ਜਾਂਦਾ ਤਾਂ ਯਾਤਰੀ ਉਡਾਨਾਂ ਲਈ ਵਿੰਡ ਡਾਊਨ ਯੋਜਨਾ ਲਾਗੂ ਹੋਵੇਗੀ। ਆਰਜੀ ਸੌਦਾ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਸ ਦੁਆਰਾ ਸੰਚਾਲਿਤ ਰੋਜ਼ਾਨਾ 670 ਉਡਾਨਾਂ ਅਤੇ 110,000 ਮੁਸਾਫਰਾਂ ਨੂੰ ਯਾਤਰਾ ਦੀ ਰੁਕਾਵਟ ਤੋਂ ਰੋਕਦਾ ਹੈ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਦ ਨਿਊਜ਼ਵਾਲਾ .com ਦੇ ਨਾਲ।